ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਗ੍ਰਿਫਤਾਰੀ ਦੀ ਖਬਰਾਂ ਦੇ ਚਲਦਿਆਂ ਹੋਇਆਂ ਉਹਨਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖੁਦ ਹੀ ਚੰਡੀਗੜ੍ਹ ਗ੍ਰਿਫਤਾਰੀ ਦੇਣ ਲਈ ਪਹੁੰਚ ਗਏ। ਉਹਨਾਂ ਨੇ ਕਿਹਾ ਕਿ ਉਹ ਪਤਾ ਲੱਗਦਿਆਂ ਹੀ ਪਿੰਡ ਬਾਦਲ ਤੋਂ ਚੰਡੀਗੜ੍ਹ ਪਹੁੰਚੇ ਨੇ। ਉਹਨਾਂ ਨੇ ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਨੂੰ ਵੀ ਫੋਨ ਕੀਤਾ ਕਿ ਖੇਚਲ ਕਰਨ ਲਈ ਲੋੜ ਨਹੀਂ, ਜਿੱਥੇ ਉਹ ਕਹਿਣਗੇ ਉੱਥੇ ਹੀ ਆ ਜਾਣਗੇ। ਬਾਦਲ ਨੇ ਕਿਹਾ ਕਿ ਕਾਂਗਰਸੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੀਆਂ ਸਾਜ਼ਿਸ਼ਾਂ ਘੜ ਰਹੇ ਨੇ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦਾ ਇੱਕੋ ਨਿਸ਼ਾਨਾ ਬਾਦਲ ਪਰਿਵਾਰ ਨੂੰ ਜੇਲ੍ਹ ਡੱਕਣ ਦਾ ਹੀ ਹੈ। ਉਹਨਾਂ ਕਿਹਾ ਕਿ ਇਹ ਸਬ ਕਮਿਸ਼ਨ ਅਤੇ SIT ਉਹਨਾਂ ਦੀ ਗ੍ਰਿਫਤਾਰੀ ਲਈ ਬਣਾਏ ਗਏ ਨੇ। ਇਸ ਦੇ ਲਈ ਜ਼ਿਆਦਾ ਡਰਾਮਾ ਕਰਨ ਦੀ ਲੋੜ ਨਹੀਂ, ਕੈਪਟਨ ਸਰਕਾਰ ਦਾ ਪੱਕਾ ਇਰਾਦਾ ਉਹਨਾਂ ਨੂੰ ਜੇਲ੍ਹ ਭੇਜਣ ਦਾ ਹੈ। ਬੁੱਧਵਾਰ ਨੂੰ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਕਰੀਰ ਵੀ ਇਹੀ ਸੰਕੇਤ ਦਿੰਦੀ ਹੈ। ਇਸ ਦੇ ਲਈ ਉਹ ਤਿਆਰ ਨੇ। ਯਾਦ ਰਹੇ ਕਿ ਬੇਅਦਬੀ ਅਤੇ ਗੋਲੀਕਾਂਡ ਦੀ ਜਾਂਚ ਬਾਦਲ ਪਰਿਵਾਰ ਤੱਕ ਪਹੁੰਚਦੀ ਨਜ਼ਰ ਆ ਰਹੀ ਹੈ। ਇਸ ਦੇ ਲਈ ਚਰਚਾ ਹੈ ਕਿ ਅਗਲੇ ਦਿਨਾਂ ਵਿੱਚ ਸੁਖਬੀਰ ਬਾਦਲ ਦੀ ਗ੍ਰਿਫਤਾਰੀ ਹੋ ਸਕਦੀ ਹੈ। ਬੁੱਧਵਾਰ ਨੂੰ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਖ਼ਤ ਤੇਵਰਾਂ ਤੋਂ ਵੀ ਇਹੀ ਅਰਥ ਕੱਢੇ ਜਾ ਰਹੇ ਨੇ। ਤੇ ਮੈਂ ਅਮਰਿੰਦਰ ਸਿੰਘ ਦੀ ਸਪੀਚ ਸੁਣੀ ਜੋ ਉਹਨਾਂ ਨੇ ਹਾਊਸ ਦਿੱਤੀ, ਉਹਨਾਂ ਨੇ ਉਹਨਾਂ ਦੇ ਵਕੀਲ ਨੇ ਵੀ ਜੋ ਕਿਹਾ, ਤਾਂ ਉਹ ਤਾਂ ਉਹਨਾਂ ਨੇ ਕਿਹਾ ਕਿ ਬਾਦਲ ਨੂੰ ਫੜਨਾ, ਹਾਈ ਅਪਸ ਤਾਈਂ ਜਾਣਾ। ਤਾਂ ਮੈਂ ਸਮਝਿਆ ਕਿ ਐਵੇਂ ਐਡਮਿਨਿਸਟ੍ਰੇਸ਼ਨ ਦਾ ਵਕਤ ਜ਼ਾਇਆ ਹੁੰਦਾ, ਤੇ ਮੈਂ ਖੁਦ ਫਿਰ ਉੱਥੋਂ ਉਸੇ ਵੇਲੇ ਅੱਜ ਸੁਬਹਾ ਚੱਲਿਆ ਤੇ ਇੱਥੇ ਆ ਕੇ ਪਹੁੰਚਿਆ, ਔਰ ਉੱਥੇ DGP ਸਾਹਿਬ ਨੂੰ ਵੀ ਮੈਂ ਟੈਲੀਫੋਨ ਕੀਤਾ ਕਿ DGP ਸਾਹਿਬ, ਤੁਹਾਡੇ ਚੀਫ ਮਿਨਿਸਟਰ ਸਾਹਿਬ ਵੀ ਆਉਂਦੇ ਹੈ, ਤੁਹਾਡੇ ਅਟਾਰਨੀ ਵੀ ਆਉਂਦੇ ਹੈ, ਔਰ ਮੈਨੂੰ ਪਤਾ ਵੀ ਹੈ ਕਿ ਜੋ ਕੁਛ ਇਹ ਹੋ ਰਿਹਾ ਇਹ ਪੋਲੀਟੀਕਲੀ ਹੋ ਰਿਹਾ, ਕੋਈ ਇਨਸਾਫ ਜਾਂ ਕਿਸੇ ਇਸ਼ੂ ਨਾਲ ਇਹਨਾਂ ਦੀ ਹਮਦਰਦੀ ਨਹੀਂ। ਇਹ ਸਿਰਫ ਅਤੇ ਸਿਰਫ ਇਹ ਹੈ ਕਿ ਕਿਸੇ ਤਰੀਕੇ ਨਾਲ ਇਹੋ ਜਿਹਾ ਐਟਮੋਸਫੀਅਰ ਬਣਾਈਏ ਕਿ ਬਾਦਲ ਨੂੰ ਗ੍ਰਿਫਤਾਰ ਕੀਤਾ ਜਾਏ। ਮੈਂ DGP ਸਾਹਿਬ ਨੂੰ ਆਖਿਆ ਕਿ ਤੁਹਾਨੂੰ ਕੋਈ ਤਰੱਦਤ ਕਰਨ ਦੀ ਲੋੜ ਨਹੀਂ, ਮੈਂ ਇਸੇ ਕੰਮ ਆਇਆ ਤੇ ਤੁਸੀਂ ਕਹੋ ਤਾਂ ਮੈਂ ਹੁਣੇ ਆ ਜਾਂਦਾ ਜਾਂ ਵੇਟ ਕਰ ਲੈਂਦਾ, ਜਾਂ ਜਿਸ ਵੇਲੇ ਜਿੱਥੇ ਵੀ ਤੁਸੀਂ ਮੈਨੂੰ ਆਖੋ ਮੈਂ ਉੱਥੇ ਆ ਜਾਣਾ, ਕੋਈ ਡਰਾਮੇ ਜੇ ਕਰਨ ਦੀ ਲੋੜ ਨਹੀਂ।